अल्लाह होगी आज प्लीज शॉपिंग वास्ते निकले आज मेन्यू कार्ड देख रहा है इन्हें ऑर्डर देना आज क्योंकि स्पेशली यही आया अज बाहर खान पीन वास्ते की ऑर्डर किया तुसे और बस तुसे की किया कुछ नहीं खाना गरम गरम फ्रेंच फ्राइज देखो अर्ज खा रहा है गरम है तो एदा मुंह देखो सो गाइज खा पी के तो हूँ आप चले हाँ आ देखियो किदा रोंदा पे मैं ना एक्चुअली इतने बोलन लगी से पर रोई जा रहा चुप नहीं से कर रहा फिर मैं इदा ही बस मैं चलो वॉइस ओवर कर देंगे कोई गल नहीं बट ये रुस गया क्योंकि खेलना चाहता से तो मैं क्लिप शुरू करती कोई नहीं गाइज मैं पहला इन्हें खेल ला दिवाली तो पहला तो एक दिन छोटी दिवाली सारे साफ सफाई कर लिया प्लीज निकले होंगे शॉपिंग निकल गए इस तो पहला बहुत सारे क्लिप्स बन चुके हैं जेडे की तुम देखो हूं टाइम से वेलकम का मैं चलो वेलकम कर दी दस दी जो भी उसके प्लान है जो भी सारे मतलब क्लिप्स हम देखियो जो जो असि किया अज के दिन च पहला तो असं चेकअप वास्ते गए थे हॉस्पिटल उसे बहुत ही ज्यादा टाइम लग गया बस ओनली फॉर रूटीन चेकअप बहुत ही ज्यादा टाइम लग गया दोपहर हो गई तो बाद चो फिर अगे क्लिपा देखे तो आप पता लग जूगा तो हूँ इतों भी कुछ लैना एक्चुअली हबी तो मेरा ब्रदर इन लॉ दोनों कट्ठे गए आ शॉप ते ही आ ते असी बाहर बैठे हाँ तो हूँ मतलब काफ़ी सारे प्लैनस कुछ मैं कैंसल ही कर दिते अज क्योंकि रश बहुत ज़्यादा वध रहा वा तो बच्चे भी नाल है तो होर भी कम है कई करन वाले सो हुण जो जो हुंदा रहेगा ब्लॉग च तुहानूं दिखांदे रहांगे सो ब्लॉग विच बने रहियो तो जो भी असी मतलब खरीदारी करनी आ कुछ भी किया ब्लॉग च लैके आवांगे जो भी है ना तो वह तुहानूं मैं घर जाके ही रात नूं दिखाऊंगी Gracias.
ਆ ਗਏ ਸੀ ਘਰ ਤੇ ਗਏ ਬਹੁਤ ਸਾਰੀ ਜਗ੍ਹਾ ਸੀ ਸਵੇਰੇ ਪਹਿਲਾਂ ਗਏ ਸੀ ਹਸਪੀਟਲ ਉਸ ਤੋਂ ਬਾਅਦ ਫਿਰ ਅਸੀਂ ਕੁਛ ਖਾਧਾ ਪੀਤਾ ਕਿਉਂਕਿ ਘਰੋਂ ਅਸੀਂ ਕੁਛ ਇੰਨਾ ਕੁਛ ਖਾਸ ਖਾ ਕੇ ਨਹੀਂ ਸੀਗੇ ਸਭ ਭੁੱਖ ਲੱਗ ਗਈ ਸੀ ਬਹੁਤ ਜ਼ਿਆਦਾ ਦੁਪਹਿਰ ਦਾ ਟਾਈਮ ਹੋ ਚੁੱਕਾ ਸੀਗਾ ਫਿਰ ਅਸੀਂ ਖਾ ਪੀ ਕੇ ਫਿਰ ਅਸੀਂ ਗਏ ਕਿੱਥੇ ਗਏ ਸੀ ਫਿਰ ਅਸੀਂ ਸ਼ੋਪਿੰਗ ਵਗੈਰਾ ਕੀਤੀ ਅਤੇ ਮਾਰਕੀਟ ਵਿੱਚ ਸਾਨੂੰ ਫਿਰ ਆਪਾਂ ਕੀਤੀ ਸ਼ੋਪਿੰਗ ਸਭ ਤੋਂ ਪਹਿਲਾਂ ਅਸੀਂ ਜੋ ਲਿਆ ਸੀਗਾ ਉਹ ਲਿਆ ਆਪਾਂ ਇਹ ਇਹ ਹੈਗਾ ਹਾਈ ਪ੍ਰੈਸ਼ਰ ਵਾਸ਼ਰ ਉਹ ਵੀ ਮੇਰੇ ਬਾਹਰ ਹਾਈ ਪ੍ਰੈਸ਼ਰ ਵਾਸ਼ਰ ਜਿਹੜਾ ਕਿ ਆਪਾਂ ਜਿੱਦਾਂ ਹੁਣ ਕਾਰ ਲਈ ਸੀਗੀ ਹੈ ਨਾ ਨਿਊ ਅਤੇ ਉਹਨੂੰ ਵਾਸ਼ ਕਰਨ ਵਾਸਤੇ ਪ੍ਰੈਸ਼ਰ ਹੈ ਇਹਦਾ ਮਤਲਬ ਬਹੁਤ ਜ਼ਿਆਦਾ ਹੈਵੀ ਹੈ ਕੀ ਹਿਸਾਬ ਤਾਂ ਹੁੰਦਾ ਕੀ ਨਹੀਂ ਹਲੇ ਓਪਨ ਕਰਕੇ ਮੈਂ ਨਹੀਂ ਦੇਖਿਆ ਇਹ ਅਭੀ ਗਏ ਸੀ ਮੈਂ ਸ਼ੋਪ ਤੋਂ ਇੱਦਾਂ ਹੀ ਲੈ ਕੇ ਆ ਗਏ ਆ ਜਿਹਦੇ ਬਾਰੇ ਮੈਨੂੰ ਹਲੇ ਕੁਛ ਨਹੀਂ ਪਤਾ ਜਦੋਂ ਓਪਨ ਕਰਾਂਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਹਲੇ ਬਣਦੀ ਹੈ ਮਤਲਬ ਵਧੀਆ ਤਰੀਕੇ ਨਾਲ ਵਾਸ਼ ਹੋ ਜਾਂਦੀ ਹੈ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਜਿਹੜੇ ਯੂਜ਼ ਕਰਦੇ ਉਹਨਾਂ ਨੂੰ ਪਤਾ ਹੀ ਹੋਣਾ ਹੈ ਨਾ ਜਿਹੜੀ ਮੋਟੀ ਸ਼ੋਪਿੰਗ ਹੈਗੀ ਹੈ ਇਸ ਵਾਰੀ ਸਾਡੀ ਆਹ ਹੋਈ ਹੈ ਅਤੇ ਇੱਕ ਆਹ ਹੋਈ ਹੈ ਜਿਹੜੀ ਹੈਗੀ ਹੈ ਡੋਮ ਮੇਕਰ ਜਿਵੇਂ ਕਿ ਆਪਾਂ ਕਹੀਏ ਕਿ ਆਟਾ ਗੁੰਨਣ ਵਾਲੀ ਮਸ਼ੀਨ ਹਾਂਜੀ ਇਹਦੇ ਵਿੱਚ ਇੱਕ ਕਿਲੋ ਦੇ ਕਰੀਬ ਆਟਾ ਗੁੰਨਿਆ ਜਾਂਦਾ ਵਧੀਆ ਵੈਸੇ ਜ਼ਿਆਦਾ ਵੀ ਗੁੰਨ ਹੁੰਦਾ ਬਟ ਇੱਕ ਕਿਲੋ ਆਪਾਂ ਗੁੰਨਾਂਗੇ ਤਾਂ ਈਜ਼ੀਲੀ ਗੁੰਨਿਆ ਜਾਂਦਾ ਇੱਕ ਦੋ ਮਿੰਟ ਵੀ ਨਹੀਂ ਲੱਗਦੇ ਅਤੇ ਇਹ ਹੈਗੀ ਆਪਣੀ ਦੂਜੀ ਸ਼ੋਪਿੰਗ ਬਾਕੀ ਮੈਂ ਦੀਵੇ ਵਗੈਰਾ ਲਏ ਸੀਗੇ ਬੱਤੀਆਂ ਵਗੈਰਾ ਇਹਦੇ ਵਿੱਚ ਦੀਵੇ ਦੀਵੇ ਹੈਗੇ ਆ ਇੱਧਰ ਆ ਕੇ ਦਿਖਾ ਲਓ ਜਿਹੜੇ ਕਿ ਹੁਣ ਆਪਾਂ ਪਾਣੀ 'ਚ ਭਿਗੋ ਕੇ ਰੱਖਾਂਗੇ ਇਹਦੇ ਵਿੱਚ ਹੈਗਾ ਥੋੜ੍ਹਾ ਬਹੁਤਾ ਡੈਕੋਰੇਸ਼ਨ ਦਾ ਸਮਾਨ ਅਤੇ ਆਪਾਂ ਜਿਹੜਾ ਕਿ ਕੱਲ੍ਹ ਯੂਜ਼ ਕਰਾਂਗੇ ਬਾਕੀ ਇਹ ਵਾਲਾ ਮੈਂ ਤੁਹਾਨੂੰ ਕੱਲ੍ਹ ਹੀ ਦਿਖਾ ਦੂੰਗੀ ਛੋਟਾ ਮੋਟਾ ਹੀ ਹੈ ਅਤੇ ਬਾਕੀ ਫਿਰ ਆਪਾਂ ਇਸ ਤੋਂ ਬਾਅਦ ਆਹ ਲੈ ਕੇ ਆਹ ਲਿਆ ਇਸ ਤੋਂ ਬਾਅਦ ਚੋਂ ਆਪਾਂ ਨਾਲ ਹੀ ਗਏ ਕੱਪੜਿਆਂ ਵੱਲ ਅਤੇ ਮਾਰਕੀਟ ਮਤਲਬ ਮਾਰਕੀਟ ਨਾਲ ਹੀ ਸੀਗੀ ਹੈ ਨਾ ਅਤੇ ਉੱਧਰੋਂ ਸਮਾਈਲੀ ਨੇ ਲਿਆ ਵਾ ਆਹ ਨਾਈਟ ਸੂਟ ਜਿਹੜਾ ਕਿ ਇਹਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਮੈਂ ਦੋ ਲਏ ਆ ਪਲਾਜ਼ੋ ਜਿਹੜੇ ਕਿ ਵੈਲਵਟ ਦੇ ਹੈਗੇ ਆ ਸੋ ਇੱਕ ਆਹ ਕਲਰ ਲਿਆ ਇੱਕ ਕੌਫੀ ਕਲਰ ਲਿਆ ਇੱਕ ਬਲੈਕ ਕਲਰ ਆ ਜਿਹੜਾ ਕਿ ਸਾਰੇ ਪਹਿਨਦੇ ਇੱਕ ਕੌਫੀ ਕਲਰ ਲਿਆ ਬਹੁਤ ਹੀ ਜ਼ਿਆਦਾ ਸੋਹਣਾ ਸੋ ਜ਼ਿਆਦਾ ਕੁਛ ਇਹ ਸ਼ੋਪਿੰਗ ਨਹੀਂ ਕੀਤੀ ਕਿਉਂਕਿ ਇਹ ਸ਼ੋਪਿੰਗ ਕਰਾਂਗੇ ਅਸੀਂ ਦੀਵਾਲੀ ਤੋਂ ਬਾਅਦ ਚੋਂ ਫ੍ਰੀ ਮਾਇੰਡ ਇੱਕਦਮ ਫ੍ਰੀ ਹੋ ਗਈ ਸੋ ਜੋ ਤੋਂ ਲਿਆ ਮੈਂ ਬਸ ਉਹ ਵੀ ਤੁਹਾਨੂੰ ਦਿਖਾ ਰਹੀ ਹਾਂ ਬਾਕੀ ਆਪਾਂ ਲਏ ਆਪਾਂ ਕਲਰ ਇਹ ਹੈਗੇ ਆ ਰੰਗੋਲੀ ਕਲਰ ਜਿਹੜੇ ਕਿ ਆਪਾਂ ਹੁਣ ਕੱਲ੍ਹ ਰੰਗੋਲੀ ਬਣਾਵਾਂਗੇ ਅਤੇ ਕਲਰ ਫਿਲ ਕਰਾਂਗੇ ਅਤੇ ਆਪਾਂ ਦੀਆ ਵਗੈਰਾ ਚਲਾਵਾਂਗੇ ਬਾਕੀ ਗਏ ਲਾਸਟ ਬਟ ਨੋਟ ਦਾ ਲੀਸਟ ਮੈਂ ਇੱਕ ਲੈ ਲਿਆ ਸੂਟ ਇੱਕ ਮੈਂ ਲੈ ਲਿਆ ਦੀਵਾਲੀ ਸੂਟ ਜਿਹੜਾ ਕਿ ਕਿਸੇ ਨੂੰ ਪਤਾ ਨਹੀਂ ਹਲੇ ਅਤੇ ਉਹ ਸੂਟ ਮੇਰਾ ਦਿਖ ਰਿਹਾ ਵਾ ਇੱਥੇ ਬਟ ਪਤਾ ਹੀ ਆਪਣੇ ਕੋਲ ਹੈ ਨਾ ਕੱਲ ਹੈਗੀ ਦੀਵਾਲੀ ਤੇ ਅਸੀਂ ਲਾ ਕੇ ਜਲਦੀ ਜਲਦੀ ਪਾ ਤਾਂ ਹੋਣਾ ਨੀ ਆਪਣੇ ਕੋਲ ਪਾਵਾਂਗੇ ਆਪਾਂ ਫੇਰ ਕਦੇ ਇਹਨੂੰ ਚਲ ਸਿਲਾ ਸਲੂ ਕੇ ਆਪਾਂ ਫੇਰ ਕਦੇ ਪਾਵਾਂਗੇ ਫਿਲਹਾਲ ਤੁਸੀਂ ਮੈਨੂੰ ਇੱਦਾਂ ਹੀ ਦੇਖ ਸਕਦੇ ਹੋ ਕਿੱਦਾਂ ਲੱਗਦਾ ਇਹ ਕਲਰ ਮੇਰੇ 'ਤੇ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਇਹ ਤਾਂ ਜਦੋਂ ਸੀਨ ਹੋ ਜਾਏਗਾ ਵਧੀਆ ਜਿਹਾ ਸੀਨ ਪਤਾ ਲੱਗੇਗਾ ਮੋਟੀ ਮੋਟੀ ਦੀਵਾਲੀ ਸ਼ੋਪਿੰਗ ਇਹ ਆ ਹਲੇ ਬਹੁਤ ਕੁਛ ਹੈਗਾ ਜਿਹੜਾ ਕਿ ਲੈਣ ਵਾਲਾ ਹੈਗਾ ਆ ਬਾਕੀ ਘਰ 'ਚ ਤਿਆਰੀਆਂ ਕਰਨੀਆਂ ਆ ਬਹੁਤ ਕੁਛ ਕਰਨ ਵਾਲਾ ਹੈਗਾ ਉਹ ਸਭ ਹੁਣ ਹੋ ਜਾਏਗਾ ਕੱਲ੍ਹ 'ਤੇ ਕਿਉਂਕਿ ਅੱਜ ਅਸੀਂ ਬਹੁਤ ਜ਼ਿਆਦਾ ਘੁੰਮ ਲਿਆ ਬਹੁਤ ਜ਼ਿਆਦਾ ਗਏ ਹਾਂ ਥੱਕ ਸੋ ਹੁਣ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਸਾਰੀ ਸ਼ੋਪਿੰਗ ਤੁਹਾਨੂੰ ਦਿਖਾ ਦਿੱਤੀ ਜਿੱਦਾਂ ਕਿ ਤੁਹਾਨੂੰ ਕਿਹਾ ਸੀ ਹੁਣ ਆਪਾਂ ਮਿਲਾਂਗੇ ਇੱਕ ਕੱਲ੍ਹ ਨਵੀਂ ਵੀਡੀਓ ਨਵੇਂ ਵਲੌਗ ਟਿਲ ਦੈਨ ਬਾਏ ਟੇਕ ਕੇਅਰ ਗੁੱਡ ਨਾਈਟ ਬਾਏ।